प्यारे बच्चों एक बार फिर ਤੁਹਾਡਾ ਸਵਾਗਤ ਹੈ ਪੰਜਾਬੀ ਦੀ ਜਮਾਤ ਦੇ ਵਿੱਚ ਔਰ ਅੱਜ ਅਸੀਂ ਮਾਤਰਾ ਲਾਂ ਦੀ ਦੁਹਰਾਈ ਕਰਾਂਗੇ ਪਿਛਲੇ 3 ਹਫ਼ਤਿਆਂ ਤੋਂ ਲਗਾਤਾਰ ਅਸੀਂ ਇਸ ਮਾਤਰਾ ਬਾਰੇ ਪੜ ਰਹੇ ਹਾਂ ਔਰ ਇੱਕ ਵਾਰ ਫੇਰ ਇਸ ਦੁਹਰਾਈ ਵੀਡੀਓ ਨੂੰ ਵੇਖੋ ਅਤੇ ਚੰਗੀ ਤਰ੍ਹਾਂ ਦੇ ਨਾਲ ਲਾਂ ਦੀ ਮਾਤਰਾ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਿਆਰੇ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਹਰੇਕ ਮਾਤਰਾ ਦੀ ਆਪਣੀ ਇੱਕ ਆਵਾਜ਼ ਹੁੰਦੀ ਹੈ ਕਿਉਂਕਿ ਹਰੇਕ ਮਾਤਰਾ ਬੋਲਦੀ ਹੈ ਸੋ ਜੋ ਲਾ ਦੀ ਮਾਤਰਾ ਹੈ ਉਸ ਦੀ ਆਵਾਜ਼ ਹੈ ਏ ਲਾ ਦੀ ਮਾਤਰਾ ਦੀ ਆਵਾਜ਼ ਹੈ ਏ ਜਿਸ ਤਰ੍ਹਾਂ ਇੰਗਲਿਸ਼ ਦੇ ਵਿੱਚ ਅਲਫਾਬੈਟ ਏ ਦੀ ਆਵਾਜ਼ ਹੁੰਦੀ ਹੈ ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਲਾ ਦੀ ਮਾਤਰਾ ਦੀ ਆਵਾਜ਼ ਹੁੰਦੀ ਹੈ ਏ ਔਰ ਜਿਵੇਂ ਤੁਸੀਂ ਹਿੰਦੀ ਦੇ ਵਿੱਚ ਛੋਟੇ ਏ ਕੀ ਮਾਤਰਾ ਤੁਸੀਂ ਪੜ੍ਹਦੇ ਹੋ ਉਸ ਦੀ ਜੋ ਆਵਾਜ਼ ਹੈ ਉਹੀ ਸੇਮ ਆਵਾਜ਼ ਪੰਜਾਬੀ ਦੇ ਵਿੱਚ ਹੁੰਦੀ ਹੈ ਲਾ ਦੀ ਮਾਤਰਾ ਦੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਕਿਤੇ ਵੀ ਤੁਸੀਂ ਲਾ ਦੀ ਮਾਤਰਾ ਏ ਹੈ ਲਾ ਦੀ ਮਾਤਰਾ ਦੇਖੋ ਜਿੱਥੇ ਕਿਤੇ ਵੀ ਤੁਸੀਂ ਲਾ ਦੀ ਮਾਤਰਾ ਜਿਸ ਅੱਖਰ ਦੇ ਨਾਲ ਲਗਾਓਗੇ ਉਸ ਅੱਖਰ ਦੀ ਸਾਊਂਡ ਕੀ ਬਣ ਜਾਏਗੀ ਏ ਏ ਏ ਸੋ ਆਓ ਹੁਣ ਅਸੀਂ ਕੁਝ ਅੱਖਰਾਂ ਦੇ ਨਾਲ ਲਾਂ ਦੀ ਮਾਤਰਾ ਨੂੰ ਲਗਾ ਕੇ ਦੇਖਾਂਗੇ ਲਾਂ ਮੁਹਾਰਨੀ ਮਤਲਬ ਕਿ ਹਰੇਕ ਅੱਖਰ ਦੇ ਨਾਲ ਜਦੋਂ ਤੁਸੀਂ ਲਾਂ ਦੀ ਮਾਤਰਾ ਲਗਾਓਗੇ ਤਾਂ ਉਹ ਕਿਸ ਤਰ੍ਹਾਂ ਦੀ ਆਵਾਜ਼ ਪੈਦਾ ਕਰੇਗੀ ਆਓ ਅਸੀਂ ਇਸ ਵਿੱਚ ਪੜਾਂਗੇ ਕੀੜੀ ਨਾਲ ਜਦੋਂ ਤੁਸੀਂ ਏ ਲਗਾਓਗੇ ਤਾਂ ਬਣੇਗਾ ਏ ਸ ਸੇ ਨਾਲ ਤੁਸੀਂ ਲਾ ਲਗਾਓਗੇ ਬਣੇਗਾ ਸੇ ਹੇ ਕੇ ਖੇ ਗੇ ਕੇ ਣੇ ਚੇ ਛੇ ਜੇ ਜੇ ਤੁਸੀਂ ਛਜੇ ਨਾਲ ਲਗਾਓਗੇ ਛੇ ਣੇ ਏ ਠ ਡੇ ਟੇ ਣੇ ਤੇ ਥੇ ਦੇ ਤੇ ਨੇ ਪੇ ਫੇ ਬੇ ਪੇ ਮੇ ਯੇ ਰੇ ਲੇ ਵੀ ਰੇ ਸੋ ਪਿਆਰੇ ਵਿਦਿਆਰਥੀਓ ਅਸੀਂ ਵੇਖਿਆ ਕਿ ਅਸੀਂ ਜਦੋਂ ਇਹ ਲਾ ਦੀ ਮਾਤਰਾ ਕਿਸੇ ਵੀ ਅੱਖਰ ਦੇ ਨਾਲ ਲਗਾਉਂਦੇ ਹਾਂ ਤਾਂ ਉਸ ਅੱਖਰ ਦੀ ਆਵਾਜ਼ ਏ ਦੀ ਆਵਾਜ਼ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਬਦਲ ਜਾਂਦੀ ਹੈ ਸੋ ਆਓ ਹੁਣ ਅਸੀਂ ਕੁਝ ਸ਼ਬਦ ਰੀਡ ਕਰਾਂਗੇ ਪੜਾਂਗੇ ਜਿਸ ਦੇ ਵਿੱਚ ਅਸੀਂ ਲਾ ਦੀ ਮਾਤਰਾ ਲਗਾਵਾਂਗੇ ਸੋ ਸਭ ਤੋਂ ਪਹਿਲਾ ਸ਼ਬਦ ਬੱਬੇ ਨੂੰ ਲਾ ਦੀ ਮਾਤਰਾ ਲੱਗੀ ਹੈ ਬੇ ਨਾਲ ਲੱਗਿਆ ਹੈ ਰ ਰ ਬੇ ਰ ਬੇਰ ਸ ਬ ਸੇਬ ਰੇ ਲ ਰੇਲ ਵੇ ਦ ਵੇਦ ਸ ਕ ਸੇਕ ਸੇ ਤ सेद, नेक देव सेम अगली लाइन देखिए देख हेठ हेक फेर तेज खेस केस गेड़ केर नेक्स्ट लाइन चेत दे ਦੇਣ ਤੇਲ ਮੇਰ ਤੇਰ ਵੇਗ ਮੇਜ਼ ਦੇਸ਼ ਸੋ ਆ ਹੁਣ ਅਸੀਂ ਤਿੰਨ ਅੱਖਰੇ ਸ਼ਬਦ ਪੜਾਂਗੇ ਕਿ ਜਦੋਂ ਤਿੰਨ ਅੱਖਰੇ ਸ਼ਬਦਾਂ ਦੇ ਵਿੱਚ ਕਿਸੇ ਵੀ ਅੱਖਰ ਦੇ ਨਾਲ ਲਾ ਦੀ ਮਾਤਰਾ ਲੱਗਦੀ ਹੈ ਤਾਂ ਫਿਰ ਕਿਸ ਤਰ੍ਹਾਂ ਸ਼ਬਦ ਪੂਰਾ ਹੁੰਦਾ ਹੈ ਸ਼ਬਦ ਦੀ ਆਵਾਜ਼ ਬਦਲਦੀ ਹੈ ਆਓ ਦੇਖੀਏ ਪਹਿਲਾ ਵਰਡ ਲੇ ਖਕ ਲੇਖਕ ਕੇ ਵ ਲ ਕੇਵਲ ਵੇ ਸ ਣ ਵੇਸਣ ਤੁਸੀਂ ਵੀ ਜਦੋਂ ਪੜਨਾ ਹੈ ਇੱਕ ਇੱਕ ਅੱਖਰ ਨੂੰ ਜੋੜ ਕੇ ਦੇਖਣਾ ਹੈ ਦੇ ਖ ਣ ਦੇਖਣ ਖੇ ਤ ਖੇ त खेतर चे, टक चेटक खेचल जेकर रेशम द लेर दलेर हनेर अनेक अपेद जलेब ਸਵੇਰ ਚਪੇੜ ਸਮੇਟ ਸਮੇਤ ਅਛੇਦ ਸਨੇਹ ਅਗੇਰੇ ਆਓ ਹੁਣ ਅਸੀਂ ਚਾਰ ਅਤੇ ਪੰਜ ਅੱਖਰੇ ਸ਼ਬਦ ਵੇਖਾਂਗੇ ਕਿ ਇਹਨਾਂ ਅੱਖਰਾਂ ਦੇ ਵਿੱਚ ਕਿੱਥੇ ਲਾਂ ਦੀ ਮਾਤਰਾ ਲੱਗੀ ਹੈ ਅਤੇ ਕਿਸ ਤਰ੍ਹਾਂ ਦੀ ਆਵਾਜ਼ ਉਹ ਪੈਦਾ ਕਰ ਰਹੀ ਹੈ ਆਓ ਅਸੀਂ ਪਹਿਲਾ ਵਰਡ ਦੇਖੀਏ ਬੇਅਦਬ ਬੇ ਅਦਬ ਬੇ ਦਰਦ ਬੇਦਰਦ ਬੇ ਅਕਲ ਬੇਅਕਲ ਬੇ ਅਸਰ ਬੇਅਸਰ ਅਗੇਤਰ ਅਗੇਤਰ ਪ ਛੇਤਰ ਪਛੇਤਰ ਦਸ਼ਮੇਸ਼ ਦੇਣਦਾਰ ਬੇਲਦਾਰ ਠੇਕੇਦਾਰ ਰੇਸ਼ੇਦਾਰ ਤਾਲਮੇਲ ਸੇਵਾਦਾਰ ਥਾਣੀਦਾਰ ਦਾਣੇਦਾਰ ਗਜਰੇਲਾ ਮੇਲਣਹਾਰ ਦੇਖਣਹਾਰ ਸੋ ਪਿਆਰੇ ਵਿਦਿਆਰਥੀਓ ਆਓ ਹੁਣ ਅਸੀਂ ਕੁਝ ਵਾਕ ਪੜ੍ਹਾਂਗੇ ਜਿਨ੍ਹਾਂ ਵਾਕਾਂ ਦੇ ਵਿੱਚ ਲਾਂ ਦੀ ਮਾਤਰਾ ਵਾਲੇ ਸ਼ਬਦ ਵਰਤੇ ਗਏ ਹਨ ਆਓ ਅਸੀਂ ਪੜ੍ਹ ਕੇ ਦੇਖੀਏ ਲੇਖਕ ਬਣ ਖੇਚਲ ਕਰ ਵੇਸਣ ਬਣਾ ਪਰਹੇਜ਼ ਕਰ ਸੇਬ ਖਾ ਜਲੇਬ ਨਾ ਖ ਦਲੇਰ ਬੜ ਸਟੇਸ਼ਨ ਤੇ ਜਾ ਦੇਖ ਰੇਖ ਕਰ ਮੇਰ ਤੇ ਨਾ ਕਰ ਚਪੇੜ ਨਾ ਮਾਰ ਰੇਸ਼ਮ ਦੇ ਕੱਪੜੇ ਪਾ ਕੇ ਖਰਚੇ ਨਾ ਵਦਾ ਸੇਵਕ ਬਣ ਨੇਮ ਨਾਲ ਸੇਵਾ ਕਰ ਸੋ ਪਿਆਰੇ ਵਿਦਿਆਰਥੀਓ ਇਸ ਵੀਡੀਓ ਨੂੰ ਤੁਸੀਂ ਵਾਰ-ਵਾਰ ਵੇਖੋ ਅਤੇ ਇਸ ਮਾਤਰਾ ਦਾ ਅਭਿਆਸ ਕਰੋ ਜੋ ਵੀ ਸ਼ਬਦ ਇਸ ਮਾਤਰਾ ਦੇ ਇਸ ਵੀਡੀਓ ਵਿੱਚ ਅਸੀਂ ਲਏ ਹਨ ਵੀਡੀਓ ਨੂੰ ਦੇਖੋ ਅਤੇ ਇਸ ਦੇ ਨਾਲ-ਨਾਲ ਬੋਲ ਕੇ ਤੁਸੀਂ ਇਸ ਮਾਤਰਾ ਦਾ ਅਭਿਆਸ ਕਰੋ ਇਸ ਤਰ੍ਹਾਂ ਦੇ ਹੋਰ ਵੀ ਐਜੂਕੇਸ਼ਨਲ ਸਿੱਖਿਆਦਾਇਕ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਹੋਰ ਵੀ ਦੋਸਤਾਂ ਦੇ ਨਾਲ ਇਸ ਨੂੰ ਸ਼ੇਅਰ ਕਰੋ ਧੰਨਵਾਦ ਖੁਸ਼ ਰਹੋ ਸਦਾ ਆਬਾਦ ਰਹੋ